ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਦੇ ਗੁਰਦੁਆਰਾ ਬਾਬਾ ਸਾਹਿਬ ਜੀ ਸ਼ਹੀਦ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਕੁਦਰਤ ਪੱਖੀ ਕਰਤਾਰਪੁਰ ਖੇਤੀ ਮਾਡਲ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਾਇਆ ਗਿਆ। ਇਸ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ BS ਘੁੰਮਣ, ਸਾਬਕਾ ਵਾਈਸ ਚਾਂਸਲਰ ਸਰਦਾਰਾ ਸਿੰਘ ਜੌਲ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਗਿਆਨੀ ਜਗਤਾਰ ਸਿੰਘ ਸਮੇਤ ਹੋਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਿਸਾਨਾਂ ਨੂੰ ਜੈਵਿਕ ਖੇਤੀਬਾੜੀ ਪ੍ਰਤੀ ਉਤਸ਼ਾਹਿਤ ਕੁਦਰਤੀ ਖੇਤੀ 'ਤੇ ਇੱਕ ਬਹੁਤ ਵਧੀਆ ਸੈਮੀਨਾਰ ਕਰਵਾਇਆ ਗਿਆ ਹੈ, ਜਿਸ ਵਿੱਚ ਖੇਤੀਬਾੜੀ ਦੇ ਮਾਹਰ, ਯੂਨੀਵਰਸਿਟੀਆਂ ਦੇ ਵਿਦਵਾਨ, ਸਤਪੁਰਖਾਂ ਨੂੰ ਬੁਲਾਇਆ ਗਿਆ ਹੈ। ਅੱਜ ਦੇ ਸਮੇਂ ਅੰਦਰ ਜੈਵਿਕ ਖੇਤੀ, ਕੁਦਰਤੀ ਖੇਤੀ ਜਿਹੜੀ ਹੈ, ਇਹਦੀ ਬਹੁਤ ਵੱਡੀ ਲੋੜ ਹੈ, ਕਿਉਂਕਿ ਅੱਜ ਦੇ ਸਮੇਂ ਅੰਦਰ ਜਿੱਥੇ ਹਰੇਕ ਬੰਦਾ ਦਵਾਈ ਖਾ ਰਿਹਾ ਹੈ, ਹਰੇਕ ਬੰਦਾ ਨਸ਼ੇ ਦੀ ਤਰਫ ਤੁਰ ਰਿਹਾ ਹੈ, ਉਹਦਾ ਕਾਰਨ ਇਹੀ ਹੈ ਕਿ ਜਿਹੜੀ ਸਾਡੀ ਧਰਤੀ ਹੈ, ਜੋ ਸਾਨੂੰ ਫਸਲ ਦਿੰਦੀ ਹੈ, ਜੋ ਸਾਨੂੰ ਅੰਨ ਦਿੰਦੀ ਹੈ, ਉਹ ਧਰਤੀ ਆਪ ਨਸ਼ਈ ਹੋ ਚੁੱਕੀ ਹੈ। ਸਬਸਕ੍ਰਾਈਬ ਕਰੇ ਚੜ੍ਹਦੀ ਕਲਾ ਟਾਈਮ TV ਕੋ, ਔਰ ਲੇਟੈਸਟ ਅਪਡੇਟ ਪਾਣੇ ਕੇ ਲੀਏ ਪ੍ਰੈਸ ਕਰੇ ਬੈਲ ਆਇਕਨ ਕੋ।